jauh pernah kerak tuh bener. ਗਸ਼ਤ ਦਾ ਤਲਾਸ਼ ਭੈੜੇ ਪ੍ਰੋਸੈਸ ਬੰਦ 'ਚ ਸਬਜ਼ੀ ਮੰਡੀ ਨਰਾਇਣਗੜ੍ਹ ਮੌਜੂਦ ਸੀ ਕਿ ਇੰਡੀਆ ਗੇਟ ਵਾਲੇ ਪਾਸੋਂ ਇੱਕ ਗੱਡੀ ਆਈ ਆ ਅਤੇ ਉਹ ਪੁਲਿਸ ਪਾਰਟੀ ਵੇਖ ਕੇ ਅਤੇ ਉਹ ਜਕਦਮ ਪਿੱਛੇ ਮੋੜ ਲਈ ਆ ਅਤੇ ਇੱਕ ਮੁੰਨਾ ਨੌਜਵਾਨ ਜਿਹੜਾ ਉਹ ਕਾਰ 'ਚੋਂ ਭੱਜ ਗਿਆ। ਇੱਕ ਲੇਡੀ ਆ ਜਿਸ ਨੂੰ ਕਾਰ 'ਚੋਂ ਕੱਢ ਕੇ ਚੈੱਕ ਕਰਨ ਲੱਗੇ ਤਾਂ ਉਹਨੇ ਆਪਣੇ ਪਰਸ 'ਚੋਂ ਕੁਝ ਸੁੱਟਣ ਲੱਗੀ, ਚੈੱਕ ਕੀਤਾ ਅਤੇ ਉਹਦੇ ਵਿੱਚੋਂ ਹੈਰੋਇਨ ਬਰਾਮਦ ਹੋਈ, ਜੋ ਹੈਰੋਇਨ ਦਾ ਵਜ਼ਨ ਕਰਨ 'ਤੇ ਕਰੀਬ 100 ਗ੍ਰਾਮ, ਕੁੱਲ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਅਤੇ ਗੱਡੀ 'ਚੋਂ ਡਰਾਈਵਰ ਵਾਲੀ ਸੀਟ ਦੇ ਥੱਲਿਓ 1200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਦੇ 4 ਦਿਨ ਦੇ ਰਿਮਾਂਡ ਦਿੱਤਾ ਅਤੇ ਰਿਮਾਂਡ ਤੋਂ ਬਾਅਦ ਦੌਰਾਨੇ ਜੋ ਗੱਲ ਪੁੱਛਗਿੱਛ ਦੇ ਸਾਹਮਣੇ ਆਏਗੀ ਉਹ ਤੁਹਾਨੂੰ ਦੱਸਿਆ ਜਾਵੇਗਾ। ਹਾਂ, ਇਹਨਾਂ ਦਾ ਜਿਹੜਾ ਲੜਕਾ ਆ ਲਵਜੀਤ ਸਿੰਘ ਸੋਨੂੰ ਉਹ ਮੌਕੇ ਤੋਂ ਭੱਜ ਗਿਆ ਜੀ, ਅਤੇ ਇਹ ਬੇਸਿਕਲੀ ਡਰੱਗ ਸਮਗਲਰ ਆ ਸਾਰੇ ਪਰਿਵਾਰ ਹੀ, ਉਹਨਾਂ ਮਾਂ ਪੁੱਤ। ਅਤੇ ਪਹਿਲਾਂ ਪਰਚਾ ਡਿਸਟ੍ਰਿਕਟ ਤਰਨ ਤਾਰਨ ਦੇ ਵਿੱਚ 270 ਗ੍ਰਾਮ ਨਸ਼ੀਲੇ ਪਾਊਡਰ ਦਾ ਪਰਚਾ ਦਰਜ ਆ ਜਿਹੜੀ ਨਿਰਮਲ ਕੌਰ ਆ। ਹਾਂਜੀ, ਉਹ ਹੋਏਗੀ ਜੀ, ਇਹਨਾਂ ਨੂੰ ਹੁਣ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਰਿਮਾਂਡ ਜੋ ਕੱਲ੍ਹ ਪੁੱਛਗਿੱਛ ਆਏਗੀ ਉਹ ਫਿਰ ਅਸੀਂ ਜਿਹੜਾ ਮੇਨ ਲੈ ਕੇ ਆ ਪਿੱਛੇ ਜਿਹਨਾਂ ਕੋਲ ਲਿਆਉਂਦੇ ਆ ਜਿਹੜੇ ਸਪਲਾਇਰ ਆ ਉਹਨੂੰ ਅਰੈਸਟ ਕਰਕੇ 4 ਦਿਨ ਦਾ ਰਿਮਾਂਡ। ਇਹਨਾਂ ਦਾ ਗੈਂਗ ਤਾਂ ਕੋਈ ਨਹੀਂ ਆ, ਇਹ ਬੇਸਿਕਲੀ ਬਾਰਡਰ 'ਤੇ ਰਹਿੰਦੇ ਆ ਅਤੇ ਬਾਰਡਰ 'ਤੇ ਰਹਿਣ ਕਰਕੇ ਇਹਨਾਂ ਦਾ ਸਾਰਾ ਪਰਿਵਾਰ ਹੀ ਜਿਹੜਾ ਇਸੇ ਕੰਮ 'ਚ ਲੱਗਾ। ਇਹਦਾ ਜਿਹੜਾ ਲੇਡੀਜ਼ ਦਾ ਜਿਹੜਾ ਹਸਬੈਂਡ ਆ ਉਹ ਵੀ ਜੇਲ੍ਹ 'ਚ ਆ, ਬੇਟਾ ਦਾ ਜਿਹੜਾ 1 ਕਿਲੋ ਹੈਰੋਇਨ 'ਚ ਅੰਦਰ ਆ ਅਤੇ